ਸਤਿ ਸ਼੍ਰੀ ਅਕਾਲ ਦੋਸਤੋ। ਪਿਛਲੇ ਕੁਛ ਸਮੇਂ ਤੋਂ ਇੱਕ ਮੁੱਦਾ ਰਾਜਸਥਾਨ ਦੇ ਵਿੱਚ ਕਾਫੀ ਭਖਿਆ ਹੋਇਆ ਹੈ। ਰਾਜਸਥਾਨ ਦੇ ਬੁੱਢਾ ਜੋੜ ਨੂੰ ਲੈ ਕੇ, ਬੁੱਢਾ ਜੋੜ ਝੀਲ ਨੂੰ ਲੈ ਕੇ। ਸੋ ਅੱਜ ਅਸੀਂ ਪਹੁੰਚੇ ਹਾਂ ਬੁੱਢਾ ਜੋੜ ਸਾਹਿਬ, ਉਹ ਝੀਲ ਵੇਖਣ ਕਿ ਅਸਲ ਦੇ ਵਿੱਚ ਮੁੱਦਾ ਹੈ ਕੀ, ਅਤੇ ਆਪਾਂ ਵੇਖਾਂਗੇ ਸਾਰੀ ਕਹਾਣੀ, ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਮੈਂ ਵਿਖਾ ਦਿੰਦਾ ਇੱਕ ਵਾਰੀ ਤਸਵੀਰਾਂ। ਦੇਖੋ, ਜਿਹੜੀ ਜ਼ਮੀਨ 'ਤੇ ਕਦੇ ਪਾਣੀ ਹੁੰਦਾ ਸੀਗਾ, ਉਹ ਆਹ ਜ਼ਮੀਨ ਹੈ, ਤੁਸੀਂ ਦੇਖ ਸਕਦੇ ਹੋ ਨਾ। ਇਹ ਜਿੱਦਾਂ ਸੋਰਾ ਹੁੰਦਾ ਉੱਦਾਂ ਦਾ ਕੋਈ ਹੈਗਾ, ਅਤੇ ਬਾਕੀ ਆਪਾਂ ਤੁਹਾਨੂੰ ਤਸਵੀਰਾਂ ਸਾਰੇ ਪਾਸਿਓਂ ਹੋਰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਕਿਵੇਂ ਦਾ ਮਾਹੌਲ ਰਹਿੰਦਾ, ਕੀ ਕੁਛ ਹੈ ਸੱਚਾਈ ਇਹਦੀ। ਇੱਥੇ ਖੋ ਹਜੇ ਵੀ ਇੱਥੇ ਜਿਹੜਾ ਪਾਣੀ ਹੈ, ਗਿੱਲ ਹੈ ਇੱਥੇ ਪੂਰੀ, ਹੈ ਨਾ। ਤਾਂ ਇੱਥੋਂ ਤੱਕ ਪਾਣੀ ਹੈਗਾ, ਅਸਲ ਦੇ ਵਿੱਚ ਕਾਫੀ ਦੂਰ ਤੱਕ ਪਾਣੀ ਦੇ ਆਸਾਰ ਦਿਖ ਰਹੇ ਆ, ਕਿਉਂਕਿ ਜਿਹੜੀ ਜ਼ਮੀਨ ਹੈ ਉਹ ਪੱਕੀ ਹੈ, ਪਾਣੀ ਵਾਲੀ ਹੈ। ਇੱਥੋਂ ਤਾਂ ਥੋੜ੍ਹੇ ਟਾਈਮ ਪਹਿਲਾਂ ਹੀ ਪਾਣੀ ਮੁੱਕਿਆ ਲੱਗਦਾ, ਕਿਉਂਕਿ ਹਜੇ ਪਾਣੀ 'ਚ ਜ਼ਮੀਨ 'ਚ ਪੂਰੀ ਗਿੱਲ ਹੈ। ਅਤੇ ਆਹ ਉਹ ਝੀਲ ਹੈ, ਕਾਫੀ ਵੱਡੀ ਜਿਹੜੀ ਹੈਗੀ ਹੈ ਝੀਲ ਸੀਗੀ। ਅੱਛਾ ਜੀ, ਤਾਂ ਇਹ ਹੈਗਾ, ਆਹ ਤਾਂ ਕਾਫੀ, ਆਹ ਤਾਂ ਮੈਨੂੰ ਲੱਗਦਾ ਵੀ ਥੋੜੇ ਟਾਈਮ ਪਹਿਲਾਂ ਇੱਥੋਂ ਪਾਣੀ ਮੁੱਕਿਆ ਨਾ, ਪੂਰਾ ਗਿੱਲ ਪਿਆ, ਪਾਣੀ ਖਿੱਚਿਆ ਜਾ ਰਿਹਾ ਨਾ ਥੱਲੇ। ਇਹ ਮਾਮਾ ਜੀ ਕਿਵੇਂ ਲੱਗਦਾ, ਸੋਹਰਾ ਹੈ ਕਿ ਕੀ ਹੈ ਇਹ? ਸੋਹਰਾ ਅਤੇ ਇਸ ਅੱਛਾ ਪਾਣੀ ਤਾਂ ਹੁਣ ਜਦੋਂ ਬਾਹਰੋਂ ਪਾਣੀ ਬਰਸਾਤ ਦਾ ਹੈ ਜਾਂ ਕੋਈ ਥੱਲੇ ਸੋਮਾ ਹੈ, ਪਾਣੀ ਤਾਂ ਇਹੀ ਝੀਲ। ਅੱਗੇ ਸ਼ਾਇਦ ਕੈਮਰੇ ਦੀ ਅੱਖਾਂ ਨਾਲ ਉਹ ਨਾ ਦਿਖਦੀ ਹੋਵੇ ਗੱਲ, ਪਰ ਦੇਖਾਂਗੇ ਜਦੋਂ ਇੱਥੇ ਆ ਕੇ ਆਪਾਂ, ਤਾਂ ਉਹ ਚੀਜ਼ਾਂ ਸਾਫ ਦਿੰਦੀਆਂ। ਜਿਹੜੇ ਝਾੜ ਦਿਖਦੇ ਆ ਇਹਦੇ ਪਿਛਲੇ ਪਾਸੇ ਪਾਣੀ ਅਤੇ ਸਾਰਾ, ਵੈਸੇ ਤਾਂ ਇਹ ਤੁਸੀਂ ਦੇਖੋ ਵੀ ਉਹ ਉੱਥੋਂ ਤੱਕ ਪਾਣੀ ਹੁੰਦਾ ਸੀ ਕਿਸੇ ਟਾਈਮ, ਬਿਲਕੁਲ ਉੱਥੋਂ ਤੱਕ। ਅਤੇ ਜਿਹੜਾ ਉਹ ਕੋਠਾ ਦੇਖ ਰਹੇ ਹੋ ਉੱਥੋਂ ਤੱਕ ਜੰਗਲ ਹੁੰਦਾ ਸੀ, ਅਸਲ ਦੇ ਵਿੱਚ ਤਾਂ ਪਾਣੀ ਬਹੁਤ ਦੂਰ ਤੱਕ ਸੀਗਾ, ਪਰ ਜਦੋਂ ਦੀਆਂ ਇਹ ਮਸਲਾ ਭਖਿਆ ਉਦੋਂ ਦਾ ਉੱਥੋਂ ਤੱਕ ਸੀਗਾ ਪਾਣੀ, ਇਹ ਥੋੜ੍ਹੇ ਟਾਈਮ 'ਚ ਇੰਨਾ ਪਾਣੀ ਹੈ ਜਿਹੜਾ ਉਹ ਸੋਕਿਆ ਗਿਆ। ਤਾਂ ਹੁਣ ਇੱਕ ਪਹਿਲ ਕੀਤੀ ਗਈ ਹੈ ਕਿ ਇਸ ਪਾਣੀ ਨੂੰ ਬਚਾਇਆ ਜਾ ਸਕੇ, ਇੱਕ ਕੁਦਰਤੀ ਝੀਲ ਨੂੰ। ਹਾਲਾਂਕਿ ਕਈ ਲੋਕਾਂ ਵੱਲੋਂ ਇਹ ਦੋਸ਼ ਲਾਏ ਗਏ ਕਿ ਇਹ ਸੇਮ ਦਾ ਪਾਣੀ ਹੈ, ਪਰ ਸੇਮ ਦਾ ਪਾਣੀ ਮੈਨੂੰ ਲੱਗਦਾ ਵੀ ਉੱਥੇ ਹੁੰਦਾ ਜਿੱਥੇ ਕੋਈ ਸਰੋਤ ਹੋਵੇ ਪਾਣੀ ਦਾ, ਜਿਵੇਂ ਰਾਜਕਮਾਲ ਨਹਿਰ ਨਿਕਰੀ ਹੈ ਇੰਦਰਾ ਗਾਂਧੀ, ਉਹਦੇ ਨੇੜੇ ਤੇੜੇ ਸੇਮ ਆਈ, ਹੈ ਨਾ। ਕਿਵੇਂ ਲੱਗਦਾ ਮਾਮਾ ਜੀ, ਇਹ ਸੇਮ ਹੋ ਸਕਦੀ ਹੈ? ਨਹੀਂ, ਵੈਸੇ ਸੇਮ ਤਾਂ ਉੱਥੇ ਹੁੰਦੀ ਹੈ ਜਿੱਥੇ ਵੀ ਮੰਨ ਲਓ ਕੋਈ ਸਰੋਤ ਹੋਵੇ, ਜਿਵੇਂ ਕੋਈ ਨਹਿਰ ਹੋਵੇ ਜਾਂ ਕੋਈ ਹੋਰ ਹੋਵੇ। ਥੱਲੋਂ ਆ ਸਕਦਾ ਹੈ, ਕੁਦਰਤੀ ਹੋ ਗਿਆ ਫਿਰ ਉਹ ਤਾਂ। ਸਾਡੇ ਸਿੱਖ ਇਤਿਹਾਸ 'ਚ ਤਿੰਨ ਹੀ ਛੰਮ, ਇੱਕ ਬੁੱਢਾ ਜੋੜ ਦਾ ਛੰਮ, ਇੱਕ ਕਾਨੂੰਗਣ ਦਾ ਛੰਮ ਅਤੇ ਛੰਮ ਜੋੜੀਆਂ, ਤਿੰਨ ਛੰਮ ਨੇ ਇਹ। ਹੁਣ ਸਾਡਾ ਬਣਾਇਆ ਤਾਂ ਹੈ ਨਹੀਂ, ਇਹ ਇਤਿਹਾਸ ਦੇ ਵਿੱਚ ਦਰਜ ਹੈ ਜਿਹੜੀ ਚੀਜ਼, ਜਿਹੜੀ ਬੁੱਢਾ ਜੋੜ ਰੋਜ਼ ਇਤਿਹਾਸ ਵੰਡਿਆ ਜਾਂਦਾ ਉਹਦੇ ਦਰਜ ਵਿੱਚ 80 ਮਰਬਿਆਂ 'ਚ ਪਾਣੀ ਸੀ,
ਕੁਝ ਦਰਦੇ ਜੇ ਹਾਂ ਅੱਛਾ ਮੈਂ ਤੁਹਾਨੂੰ ਮੇਰੇ ਕੋਲ ਪਿਆ ਪੇਪਰ ਪੜਾ ਦੂੰਗਾ ਫਿਰ ਉਹ ਸੀਮ ਰਬਿਕ ਵਾਲਾ ਪਾਣੀ ਗਿਆ ਕਿੱਥੇ ਫਿਰ ਪੁੱਛਾਂ ਮੈਂ ਕਿੱਥੇ ਗਿਆ ਅਗਰ ਆਹੀ ਆ ਗਿਆ ਵੀ ਆਸ ਮੈਂ ਰਾਜਸਥਾਨ ਦੇ ਵਿੱਚ ਹੈਗੇ ਆ ਜਿੱਥੇ ਨਹਿਰ ਨਹੀਂ ਹੈਗੀ ਜਿਹਨਾਂ ਕੋਲ ਪਾਣੀ ਦੇ ਸਰੋਤ ਸਿਰਫ ਬਰਸਾਤੀ ਨੇ ਉਹ ਸੈਂਕੜੇ ਛੰਭ ਨੇ ਹੈਗੇ ਨੇ ਪੌਂਡ ਇਸ ਤਰ੍ਹਾਂ ਦੇ ਢਾਬਾ ਜਿਹਨੂੰ ਆਪਾਂ ਚੱਪੜ ਕਹਿ ਦਿੰਦੇ ਹਾਂ ਢਾਬਾ ਕਹਿ ਦਿੰਦੇ ਹਾਂ ਅਤੇ ਉਹ ਅੱਜ ਵੀ ਜਿਉਂਦੇ ਨੇ 500 ਸਾਲ ਪੁਰਾਣੇ ਅਤੇ ਇਹ ਇਹ ਫਿਰ ਕਿੱਧਰ ਚਲਾ ਗਿਆ ਜੀ ਅੱਸੀਆਂ ਮਰਬਿਆਂ ਵਾਲਾ ਜੇ ਇਹ ਕਹਿੰਦੇ ਆ ਵੀ ਇਹ ਨਕਲੀ ਆ ਅਤੇ ਫਿਰ ਤੁਸੀਂ ਨਕਲੀ ਇਤਿਹਾਸ ਕਿਉਂ ਵੰਡੀ ਜਾਂਦੇ ਵੀ ਇੱਥੇ 80 ਮਰਬਿਆਂ 'ਚ ਪਾਣੀ ਸੀ ਹੈਨਾ ਤੁਸੀਂ ਫਿਰ ਕਿਹੜੇ ਇਤਿਹਾਸ 'ਤੇ ਕਲੇਮ ਕਰਦੇ 80 ਮਰਬਿਆਂ ਦੇ ਵਿੱਚ ਪਾਣੀ ਹੋਵੇ ਤਾਂ ਉਹ ਐਂ ਤਾਂ ਉੱਡ ਨਹੀਂ ਜਾਂਦਾ ਕਿਤੇ ਰੇਡੀ 100 ਸਾਲ ਹੋ ਗਿਆ ਸਾਡੇ ਆਪਣੇ ਨਹਿਰਾਂ ਦੇ ਆਏ ਨੂੰ ਅਤੇ ਆਪਣੇ ਪਿੰਡਾਂ 'ਚ ਜਿਹੜੇ ਛੱਪੜ ਨੇ ਕਿੱਲੇ ਕਿੱਲੇ ਦੇ ਹਾਂ ਉਹ ਗੁਆਚਾ ਤਾਂ ਕੋਈ ਨਹੀਂ ਹੈਗਾ ਛੱਪੜ ਅਤੇ ਫਿਰ ਇਹ ਕਿੱਧਰ ਚਲਾ ਗਿਆ ਇਹਦਾ ਪਾਣੀ ਕਿੱਧਰ ਚਲਾ ਗਿਆ ਅਤੇ ਜੇ ਇਹ ਸੇਮ ਆ ਇਹ ਤਾਂ ਫਿਰ ਆਲੇ ਦੁਆਲੇ ਹੋਰ ਵੀ ਫਿਰ ਸੇਮ ਹੋਣੀ ਚਾਹੀਦੀ ਸੀ ਹਾਂ ਸੇਮ ਇੱਥੇ ਹੀ ਕਿਉਂ ਹੈ ਇੱਥੇ ਹੀ ਕਿਉਂ ਹੈ ਬਿਲਕੁਲ ਫਿਰ ਜਿਹੜਾ ਹੈਗੀ ਆ ਜਿਹੜੀ ਹੈਗਾ ਕੁਦਰਤ ਦਾ ਬਣਿਆ ਹੋਇਆ ਜਿਹੜਾ ਉਹ ਚਾਰ ਫਿਰ ਟਿੱਬੇ ਆ ਹਾਂ ਬਿਲਕੁਲ ਇਹ ਵਿਚਾਲੇ 20 ਫੁੱਟ ਨੀਵੀਂ ਜਗ੍ਹਾ ਹੈ ਠੀਕ ਹੈ ਹਾਂਜੀ ਇਹ ਕੋਈ ਕੁਦਰਤ ਦੀ ਬਣਾਈ ਹੋਈ ਚੀਜ਼ ਆ ਬੰਦਿਆਂ ਦੀ ਬੰਦਿਆਂ ਦਾ ਤਾਂ ਬਣਾਇਆ ਨਹੀਂ ਹੈਗਾ ਇਹ ਤਾਂ ਕੁਦਰਤ ਦਾ ਬਣਾਇਆ ਹੋਇਆ ਬਿਲਕੁਲ ਕੁਦਰਤ ਅਤੇ ਕੁਦਰਤ ਦੇ ਬਣਾਏ ਹੋਏ ਦੇ ਅਸੀਂ ਇਸ ਇਤਿਹਾਸ ਨੂੰ ਰਿਜੈਕਟ ਕਰ ਦਿੰਦੇ ਰੱਦ ਕਰ ਦਿੰਦੇ ਵੀ ਇਹ ਨਹੀਂ ਹੈਗਾ ਇਹ ਨਕਲੀ ਹੈ ਜੀ ਜੋੜ ਅਤੇ ਫਿਰ ਅਸਲੀ ਜੋੜ ਕਿੱਥੇ ਇਹ ਜਿਹੜਾ ਇਹ ਬੁੱਢਾ ਜੋੜ ਦਾ ਨਾਮ ਰੱਖਿਆ ਗਿਆ ਇਹ ਵੀ ਇਸੇ ਤੋਂ ਇਸੇ ਜੋੜ ਤੋਂ ਉਹਦਾ ਨਾਮ ਬੁੱਢਾ ਜੋੜ ਠੀਕ ਹੈ ਇਹ ਕਦੋਂ ਰੱਖਿਆ ਗਿਆ ਕੁਛ ਹੈ ਕੋਈ ਨੌਲੇਜ ਇਹ ਤਾਂ ਉਦੋਂ ਦਾ ਨਾਂ ਹੈ ਜਦੋਂ 1734 'ਚ ਆਣ ਕੇ ਇੱਥੇ ਬੈਠਾ ਅੱਛਾ ਕਾਗਜ਼ਾਂ ਦੇ ਵਿੱਚ ਅੱਜ ਵੀ ਇੱਥੇ ਜਿਹੜਾ ਬੋਲਦਾ ਹੈ ਉਹ ਭਾਗਸਰ ਬਰਾਨੀ ਬੋਲਦਾ ਇਹ ਇਲਾਕਾ ਭਾਗਸਰ ਬਰਾਨੀ ਅਤੇ ਪਾਣੀ ਤੋਂ ਬਗੈਰ ਸਰ ਕਿਵੇਂ ਹੋ ਗਿਆ ਠੀਕ ਹੈ ਅਤੇ ਭਾਗਸਰ ਨਾਂ ਦਾ ਇੱਥੇ ਪਿੰਡ ਕੋਈ ਹੈ ਨਹੀਂ ਆਖਿਰ ਕਿਸੇ ਨੇ ਇਸ ਨੂੰ ਭਾਗਸਰ ਨਾਂ ਦਿੱਤਾ ਨਾਮ ਦਿੱਤਾ ਕਿਉਂਕਿ ਉਹ ਬਿਨਾਂ ਪਾਣੀ ਤੋਂ ਸਰ ਕਿਵੇਂ ਹੋ ਗਿਆ ਬਿਲਕੁਲ ਹਾਂਜੀ ਸੋ ਇਹ ਸਾਰੇ ਜਿਹੜੇ ਇਹ ਸਾਰੀਆਂ ਚੀਜ਼ਾਂ ਹੁਣ ਜੇ ਬੰਦੇ ਜੇ ਬੰਦਿਆਂ ਸਿਰਫ ਮੇਰੇ ਨਾਲ ਵਿਰੋਧ ਕਰਨ ਲਈ ਆਪਣੇ ਇਤਿਹਾਸ ਤੋਂ ਹੀ ਮੁੱਕਰ ਜਾਣਾ ਚਾਹੁੰਦੇ ਅਤੇ ਉਹਨਾਂ ਦਾ ਆਪਣੇ ਕੋਲ ਕੀ ਇਲਾਜ ਫੈਸਲਾ ਸਾਹਮਣੇ ਸਾਹਮਣੇ ਇੱਕ ਇਤਿਹਾਸ ਬਚਾਉਣ ਲਈ ਲੜ ਰਿਹਾ ਇੱਕ ਇਤਿਹਾਸ ਮਿਟਾਉਣ ਲਈ ਲੜ ਰਿਹਾ ਠੀਕ ਹੈ ਸਭ ਤੋਂ ਜ਼ਿਆਦਾ ਜ਼ੋਰ ਲੱਗਿਆ ਵੀ ਪੈਸੇ ਕਿਉਂ ਆਏ ਦਸ ਕਰੋੜ ਇਹ ਵੱਡੀ ਗੱਲ ਜਦੋਂ ਪਰਸੋਂ ਇਹ ਚੀਜ਼ ਪਾਈ ਗਈ ਤਾਂ 10 ਕਰੋੜ ਦੀ ਸਭ ਤੋਂ ਵੱਡੀ ਗੱਲ ਸੀ ਜੋ ਵੀ ਬੋਲਦਾ ਸੀ 10 ਕਰੋੜ 10 ਕਰੋੜ 10 ਕਰੋੜ ਮੈਂ ਇਹੀ ਕਹਿੰਦਾ ਵੀ ਜਿਹੜਾ 10 ਕਰੋੜ ਲਿਆਂਦਾ ਹੈ ਉਹ ਆਉਣ ਦਾ ਚਾਅ ਚੜ੍ਹਨਾ ਚਾਹੀਦਾ ਸੀ ਕੌਮ ਨੂੰ ਤਾਂ ਸਿੱਖਾਂ ਨੂੰ ਤਾਂ ਵੀ ਸਰਕਾਰ ਇਹ ਡਿਬ ਡਿਬੇ ਦੇ ਘਰੇ ਤਾਂ ਨਹੀਂ ਲੱਗਣਾ ਲੱਗਣਾ ਤਾਂ ਬਿਲਕੁਲ ਇਤਿਹਾਸ ਤੇ ਆ ਹਾਂ ਠੀਕ ਹੈ ਔਰ ਇਹ 10 ਕਰੋੜ ਇਕੱਲਾ ਇਹ 10 ਕਰੋੜ ਥੋੜ੍ਹੀ ਹੈ ਇਹਦੋਂ ਪਹਿਲਾਂ 10 ਕਰੋੜ ਬੁੱਢਾ ਜੋੜ ਆ ਚੁੱਕਿਆ 4 ਕਰੋੜ ਸੁਭਾਵ ਸਾਹਿਬ ਆਇਆ ਉਹਦੀ ਵੀ ਕੋਈ ਗੱਲ ਨਹੀਂ 4 ਕਰੋੜ ਹੁਣ ਸੁਭਾਵ ਸਾਹਿਬ ਹੋਇਆ 10 ਕਰੋੜ ਪਹਿਲਾਂ ਆ ਚੁੱਕੇ ਔਰ ਇਹ ਸਾਰੇ ਪੈਸੇ 2012 ਤੋਂ ਬਾਅਦ ਆਏ ਤੋਂ ਸਰਕਾਰ ਨੂੰ ਇਹ ਗੱਲ ਸਮਝਾ ਕੇ ਮਜਬੂਰ ਕੀਤਾ ਗਿਆ ਵੀ ਤੁਸੀਂ ਮੰਦਰਾਂ ਨੂੰ ਦਿੰਦੇ ਹੋ ਤੁਸੀਂ ਮਸਜਿਦਾਂ ਨੂੰ ਦਿੰਦੇ ਹੋ ਦੂਜਿਆਂ ਸਾਰਿਆਂ ਨੂੰ ਦਿੰਦੇ ਸਾਨੂੰ ਕਿਉਂ ਨਹੀਂ ਦਿੰਦੇ ਵੀ ਉਦੋਂ ਬਾਅਦ ਫਿਰ ਆਉਣੇ ਸ਼ੁਰੂ ਹੋਏ ਪਹਿਲੀ ਵਾਰੀ 1.5 ਕਰੋੜ ਬੁੱਢਾ ਜੋੜ ਸਾਹਿਬ ਆਏ ਫਿਰ ਸੁਹਾਵਾ ਸਾਹਿਬ ਆਏ ਹੁਣ ਪਿਛਲੀ ਸਰਕਾਰ ਨੇ 20 ਦਿੱਤੇ ਪੈਸੇ ਧੂੰਆਂ ਖਿਲਾ ਦਿੱਤੇ ਮਤਲਬ ਜਿੰਨੇ ਸਾਡੇ ਇਤਿਹਾਸਿਕ ਗੁਰਦੁਆਰੇ ਨੇ ਸਾਰਿਆਂ ਨੂੰ ਦਿੱਤੇ ਉਹਨਾਂ ਨੇ ਕਿਸੇ ਨੂੰ 5 ਕਰੋੜ ਦਿੱਤਾ ਕਿਸੇ ਨੂੰ 3 ਕਰੋੜ ਦਿੱਤਾ ਕਿਸੇ ਨੂੰ 1.5 ਕਰੋੜ ਦਿੱਤਾ ਇੱਥੇ 5 ਕਰੋੜ ਪਿਛਲੀ ਸਰਕਾਰ ਵਸੁੰਧਰਾ ਦੇ ਕੇ ਗਈ 3.5 ਕਰੋੜ ਹੁਣ ਆਇਆ ਪਿਆ ਜਿਹਦਾ ਜਿਹੜਾ ਇਸ ਬਜਟ ਤੋਂ ਪਿਛਲੇ ਬਜਟ 3.5 ਕਰੋੜ ਆਇਆ ਹੋਇਆ ਜਿਹੜਾ ਉਹ ਪਾਈਪ 'ਚ ਜਿਹਦਾ ਹੁਣ ਇਹਨਾਂ ਨੇ ਟੈਂਡਰ ਕੱਢਣੇ 1-2 ਦਿਨਾਂ 'ਚ 3.5 ਕਰੋੜ ਹੋਊਗਾ 3.5 ਡੇਢ 5 ਅਤੇ 5 ਵਸੁੰਧਰਾ ਦਿੱਤਾ 10 ਹੁਣ ਆ ਗਿਆ 20 ਮੈਂ ਇਹਨਾਂ ਨੂੰ ਵਾਰੀ ਵਾਰੀ ਕਿਹਾ ਵੀ ਸਰਕਾਰਾਂ ਕੋਲ ਪੈਸਾ ਥੋੜ੍ਹਾ ਨਹੀਂ ਹੈਗਾ ਠੀਕ ਹੈ ਤੁਹਾਨੂੰ ਲੈਣ ਦੀ ਇੱਕ ਲਾਉਣੀ ਚਾਹੀਦੀ ਠੀਕ ਹੈ ਬਿਲਕੁਲ ਅਤੇ ਜੇ ਤੁਹਾਨੂੰ ਲਿਆ ਕੇ ਘਰੇ ਬੈਠਿਆਂ ਨੂੰ ਦਿੰਦੇ ਹਾਂ ਤਾਂ ਤੁਹਾਨੂੰ ਲਿਆਂਦਾ ਵੀ ਨਹੀਂ ਤੁਸੀਂ ਲੱਗਣ ਦੇਣਾ ਚਾਹੁੰਦੇ ਫਿਰ ਪ੍ਰੋਬਲਮ ਕਿੱਥੇ ਹੈ ਇਹ ਪ੍ਰੋਬਲਮ ਤਾਂ ਫਿਰ ਕਿਸੇ ਦੇ ਦਿਮਾਗ ਦੀ ਸ਼ਰਾਰਤ ਹੈ ਨਾ ਸਾਜਿਸ਼ ਹੈ ਨਾ ਕਿਤੇ ਨਾ ਕਿਤੇ ਇਹਦੇ ਪਿੱਛੇ ਠੀਕ ਹੈ ਨਾ ਅਤੇ ਉਸ ਸਾਜਿਸ਼ ਦਾ ਇਲਾਜ ਤਾਂ ਫਿਰ ਪੰਥ ਨੇ ਕਰਨਾ ਬਿਲਕੁਲ ਇਹ ਮੇਰਾ ਕੋਈ ਨਿੱਜੀ ਮਾਮਲਾ ਨਹੀਂ ਹੈ
ਨਾ ਹੀ ਮੇਰੀ ਨਿੱਜੀ ਜਾਇਦਾਦ ਆ ਪੰਥ ਦੀ ਜਾਇਦਾਦ ਆ ਜਿਹੜਾ ਉਹ ਬਣਿਆ ਹੋਇਆ ਹੈਗਾ ਉਹ ਉਹ ਸੁਸਾਇਟੀ ਰਾਜਸਥਾਨੀ ਸਿੱਖ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਬਲਜਿੰਦਰ ਸਿੰਘ ਦੇ ਟਾਈਮ ਦੇ ਰਜਿਸਟਰ ਆ ਜ਼ਮੀਨ ਖਰੀਦੀ ਆ ਜਿਹੜੀ ਜ਼ਮੀਨ ਖਰੀਦਣ ਵੇਲੇ ਬਲਜਿੰਦਰ ਸਿੰਘ ਨਾਲ ਆ ਇੱਥੇ ਮਤਲਬ ਸੁਸਾਇਟੀ ਦੇ ਨਾਂ ਹੈ ਸਾਰਾ ਕੁਛ ਇੱਥੇ ਮੇਰਾ ਤਾਂ ਕੁਛ ਵੀ ਨਹੀਂ ਹੈਗਾ ਮੈਂ ਤਾਂ ਚੌਕੀਦਾਰ ਹਾਂ ਇੱਥੇ ਇਸ ਝੀਲ ਦਾ ਚੌਕੀਦਾਰ ਹਾਂ ਇਤਿਹਾਸ ਦਾ ਚੌਕੀਦਾਰ ਹਾਂ ਔਰ ਸਰਕਾਰ ਦੇ ਸਾਹਮਣੇ ਪੱਖ ਰੱਖਦਾ ਆਪਦੀ ਕੌਮ ਦਾ ਜਿਹਦਾ ਜਿਹਨੂੰ ਜਿਹਨੂੰ ਐਪਰੀਸੀਏਸ਼ਨ ਮਿਲਣਾ ਚਾਹੀਦਾ ਸੀਗਾ ਉਹਦਾ ਵਿਰੋਧ ਹੋ ਰਿਹਾ ਅਤੇ ਫੈਸਲਾ ਤਾਂ ਫਿਰ ਇਤਿਹਾਸ ਵੀ ਕਰ ਦੂਗਾ ਅਤੇ ਕੌਮ ਵੀ ਕਰ ਲੇ ਕੌਮ ਵੀ ਕਰ ਦੂ ਬਿਲਕੁਲ ਆਪਣੇ ਕੋਲ ਨਾ ਇੱਕ ਇਹ ਤਾਂ ਤਾਜ਼ਾ ਪਾਣੀ ਸੁੱਕਿਆ ਅਤੇ ਆ ਪੂਰਾ ਜਿਵੇਂ ਨੂਣ ਹੁੰਦਾ ਅਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਤਸਵੀਰਾਂ 'ਚ ਦਿਖਾਇਆ ਕਿ ਬਹੁਤ ਦੂਰ ਤੱਕ ਇਹ ਝੀਲ ਸੀ ਇਹ ਤਕਰੀਬਨ 80 ਮਰੱਬੇ ਜਿਹੜਾ ਦੱਸੀ ਜਾ ਰਹੀ ਹੈ ਝੀਲ ਸੀਗੀ ਜਦੋਂ ਸ਼ੁਰੂਆਤ ਸੀਗੀ ਅਤੇ ਉੱਥੋਂ ਤੱਕ ਤਾਂ ਹਜੇ ਵੀ ਸਬੂਤ ਜਿਹੜੇ ਮਿਲਦੇ ਆਪਾਂ ਨੂੰ ਕਿਉਂਕਿ ਜ਼ਮੀਨ ਪਾਣੀ ਤੋਂ ਬਾਅਦ ਕਿੱਦਾਂ ਦੀ ਹੋ ਜਾਂਦੀ ਉਹ ਚੀਜ਼ ਦੀ ਅਸੀਂ ਆਪ ਹੀ ਦੇਖ ਸਕਦੇ ਹਾਂ ਤਾਂ ਇਹਦੇ ਪਿੱਛੇ ਸੱਚ ਕੀ ਹੈ ਝੂਠ ਕੀ ਹੈ ਕੌਮ ਨੇ ਪੰਥ ਨੇ ਇਹ ਸਾਰਾ ਨਿਪਟਾਰਾ ਕਰਨਾ ਪਰ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਤਸਵੀਰਾਂ ਝੀਲ ਦੀਆਂ ਵਿਖਾ ਦਿੰਦਾ ਆ ਝੀਲ ਆ ਪਾਣੀ ਹਲੇ ਵੀ ਹੈਗਾ ਪਾਣੀ ਖਾਰਾ ਹੈ ਅਤੇ ਇੱਕ ਗੱਲ ਮੈਨੂੰ ਬੜੀ ਪਰਫੈਕਟ ਲੱਗੀ ਕਿ ਜੇ ਇਹ ਸੇਮ ਹੈ ਤਾਂ ਸੇਮ ਇੱਥੇ ਹੀ ਕਿਉਂ ਹੈ ਟਿੱਬਿਆਂ ਦੇ ਵਿੱਚ ਆਸੇ ਪਾਸੇ ਤੁਹਾਨੂੰ ਮੈਂ ਦਿਖਾਵਾਂ ਕਿ ਇਹ ਦੇਖੋ ਆ ਆ ਝੀਲ ਅਤੇ ਉਹ ਖੇਤੀ ਸਰੋਂ ਹੈ ਨਾ ਫਿਰ ਸੇਮ ਵਾਲੀ ਥਾਂ 'ਚ ਫਿਰ ਖੇਤੀ ਕਿਵੇਂ ਹੋ ਗਈ ਕਿਵੇਂ ਆਬਾਦ ਹੋਈ ਆ ਸਾਰਾ ਕੁਛ ਅਤੇ ਉਹ ਦੇਖੋ ਉੱਥੇ ਵੀ ਖੇਤੀ ਹੈ ਸਰੋਂ ਦੀ ਤਾਂ ਇਹ ਹੈ ਮਾਹੌਲ ਬੁੱਢਾ ਜੋੜ ਸਾਹਿਬ ਝੀਲ ਦਾ